पंजाब दीआं लंघीआं विधानसभा चोणां दौरान पंजाब दे मुख मंत्री भगवंत मान दे रोड शो नूं रोकण अते पुलिस दे काम विच अड़िक्का डाउण वाले करण कुमार कनेडा नूं पुलिस ने अज अदालत च पेश कीता अते उस दे 7 दिन दे पुलिस दी रिमांड दी मंग कीती जिस नूं अदालत ने मंजूर नहीं कीता है। तां दस दईए कि करण कुमार कनेडा सुखबीर सिंह बादल दा करीबी दस्सिआ जा रिहा है। पुलिस ने कथित तौर ते दोष लगाए हन कि भगवंत मान जदों दिलबा तों लहरा गागा नूं चोणां दौरान रोड शो कर रहे सन तां उन्हां दे रोड शो नूं रोकण अते खास तौर ते पुलिस दे काम विच अड़िक्का डाउण दी इस वल्लों कोशिश की गई सी, जिस तों बाद ही इसके खिलाफ मामला दर्ज किया गया अते कल गिरफ्तार किया गया सी, जिसनूं अज सुनाम दी अदालत च पेश किया गया है। उधर करण कुमार कनेडा ने अपने दे लगे दोषां नूं गलत करार दिता है अते कहा है कि उसनूं अदालत ते पूरा भरोसा है। पूरा भरोसा है, बाकी सानूं पता सरकारां दा करदी हुंदी रहे माड़ा मोटा, कोई चक्कर वाली गल नहीं हैगी, आउंदी जांदी जिहड़ा इहनां दा ਇਹਨਾਂ ਨੇ ਆਪਣਾ ਕੰਮ ਕਰਨਾ ਸੀ, ਅਦਾਲਤ ਆਪਣਾ ਕੰਮ ਕਰੂ। ਤੁਸੀਂ ਉਸ ਸਮੇਂ ਸ਼ਾਮਿਲ ਸੀਗੇ ਨਹੀਂ ਸੀਗੇ? ਉਦੋਂ ਤਾਂ ਪ੍ਰੋਟੈਸਟ ਦਾ ਉਹਨਾਂ ਨੇ ਕੀਤਾ ਸੀ, ਘਿਰਾਓ ਕੀਤਾ ਸੀਗਾ। ਨਹੀਂ ਉਹ ਤਾਂ ਸਾਨੂੰ SHO ਸਾਹਿਬ ਨੇ ਬਿਆਨ ਦਿੱਤਾ ਵੀ ਸ਼ਾਮਿਲ ਨਹੀਂ ਸੀ। ਇਹ ਇਲੈਕਸ਼ਨ ਦੌਰਾਨ ਰੈਲੀ ਆਪਣੇ CM ਸਾਹਿਬ ਜੋ ਉਸ ਵਕਤ ਰੈਲੀ ਕਰ ਰਹੇ ਸੀਗੇ, ਰੋਡ ਸ਼ੋਅ ਕਰ ਰਹੇ ਸੀ, ਉਸ ਵਕਤ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਰੋਡ ਸ਼ੋਅ, ਅਤੇ ਮੁਲਾਜ਼ਮਾਂ ਨਾਲ ਧੱਕਾ ਮੁੱਕੇ ਹੋਏ ਸੀਗੇ, ਇਸ ਕਰਕੇ ਉਹ ਮੁਲਾਜ਼ਮਾਂ ਦੇ ਬਿਆਨ 'ਤੇ ਪਰਚਾ ਦਰਜ ਹੋਇਆ ਸੀਗਾ 353 ਦਾ, ਸਰਕਾਰੀ ਡਿਊਟੀ ਵਿਘਨ ਪਾਉਣ ਦਾ। ਉਹਦੇ ਰਿਗਾਰਡਿੰਗ 7 ਬੰਦੇ ਪਹਿਲੇ ਅਰੈਸਟ ਹੋ ਗਏ ਸੀ ਅਤੇ ਇਹਨਾਂ ਦੀ ਵੀ ਸ਼ਮੂਲੀਅਤ ਵਿੱਚ ਪਾਈ ਗਈ ਅਤੇ ਇਹਨਾਂ ਨੂੰ ਕੱਲ੍ਹ ਚੰਡੀਗੜ੍ਹ ਤੋਂ ਅਰੈਸਟ ਕਰ ਲਿਆ ਸੀ। ਕਿਸ ਤਰ੍ਹਾਂ ਦੀ ਸ਼ਮੂਲੀਅਤ ਪਾਈ ਗਈ ਸਰ? ਇਹ ਉਹਨਾਂ ਨਾਲ ਕਨੈਵੈਂਸ ਸੀਗਾ, ਉਹਨਾਂ ਨੂੰ ਫੜਨ 'ਚ ਜਾਂ ਰੋਕਣ 'ਚ ਜਾਂ ਮੁਲਾਜ਼ਮਾਂ 'ਚ ਧੱਕਾ ਮੁੱਕਾ ਹੋਈ ਹੈ, ਇਹ ਉਹਨਾਂ ਨਾਲ ਕਨੈਵੈਂਸ ਸੀ ਇਹਨਾਂ ਦੀ। ਕੀ ਕਾਰਨ ਕੀ ਸੀ? ਪੋਲੀਟੀਕਲ ਮੋਟਿਵ ਸੀਗਾ ਕਿਉਂਕਿ ਅਕਾਲੀ ਦਲ ਦੇ ਨਹੀਂ? ਐਸੀ ਇਹੋ ਕੋਈ ਗੱਲ ਨਹੀਂ ਹੈ, ਇਹ ਤਾਂ ਸਰ ਮੁਲਾਜ਼ਮਾਂ ਨਾਲ ਜਿਹੜੀ ਬਦਸਲੂਕੀ ਕੀਤੀ ਸੀ ਜਾਂ ਸਰਕਾਰੀ ਡਿਊਟੀ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਮੁਲਾਜ਼ਮਾਂ ਦੇ ਬਿਆਨ 'ਤੇ ਆ, ਕੋਈ ਇਹ 'ਚ ਕੋਈ ਪੋਲੀਟੀਕਲ ਕੋਈ ਗੱਲ ਨਹੀਂ। ਇਹਨਾਂ ਦੀ ਕਿਹੜੀ ਧਾਰਾ ਤਹਿਤ ਪਰਚਾ ਦਰਜ ਕੀਤਾ? ਇਹਨਾਂ 353, 186, 120 IPC 'ਤੇ। ਅਤੇ ਅੱਜ ਕਿੱਥੇ ਪੇਸ਼ ਕਰ ਰਹੇ? ਅੱਜ ਕੋਰਟ 'ਚ ਅਸੀਂ ਪੇਸ਼ ਕਰ ਰਹੇ ਇਹਨਾਂ ਨੂੰ ਇੱਥੇ, ਅਤੇ ਬਾਕੀ ਅੱਜ ਹੋਰ ਵੀ ਪੁੱਛਗਿੱਛ ਕਰਨੀ ਹੈ ਕਿ ਹੋਰ ਕੋਈ ਹੋਰ ਬੰਦੇ ਜਿਹੜੇ ਨਾਲ ਹੈਗੇ ਨੇ ਜਿਹਦੇ ਸ਼ਮੂਲੀਅਤ ਪਾਈ ਗਈ, ਉਹਨਾਂ ਨੂੰ ਵੀ ਫੜਾਂਗੇ, ਅਰੈਸਟ ਕਰਾਂਗੇ। ਸਰ ਕੀ ਹੋਇਆ ਅੱਜ, ਪੈਰਵਾਈ ਕੀ ਹੋਈ ਹੈ, ਕੀ ਪੁਲਿਸ ਵੱਲੋਂ ਕਹੋ ਕੀਤੀ? ਪੁਲਿਸ ਨੇ ਆਪਣਾ ਜਿਹੜਾ ਬਾਈ ਕਰਨ ਕਮਾਨ ਕੈਨੇਡਾ ਜੀ ਨੂੰ ਅਰੈਸਟ ਪਾਈ ਸੀ 353 ਵਾਲੇ ਕੇਸ 'ਚ, ਭਗਵੰਤ ਮਾਨ ਜੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਦੇ ਵਿੱਚ, ਅਤੇ ਪੁਲਿਸ ਨੇ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀਗਾ, ਅਤੇ ਪਰ ਉਹ ਜੱਜ ਸਾਹਿਬ ਨੇ ਇਹਨਾਂ ਦੀ ਜਿਹੜੀ ਰਿਕੁਐਸਟ ਸੀ ਡਿਕਲਾਈਨ ਕਰਤੀ ਵੀ ਕੋਈ ਵਜ੍ਹਾ ਨਹੀਂ ਬਣਦੀ ਪੁਲਿਸ ਰਿਮਾਂਡ ਦੇਣ ਦੀ, ਇਹ ਜਿਹੜਾ ਪੋਲੀਟੀਕਲ ਮੋਟੀਵੇਟਡ ਕੇਸ ਆ। ਅਸੀਂ ਇਹੀ ਜੱਜ ਸਾਹਿਬ ਨੂੰ ਦੱਸਿਆ ਵੀ ਇਹ ਸਿਰਫ ਜਿਹੜਾ ਹੋਇਆ ਕਿ ਜਿਹੜੀ ਓਪੋਜੀਸ਼ਨ ਸਰਕਾਰ ਦੇ ਵਿੱਚ ਜਿਹੜੇ ਇਹ ਨੁਮਾਇੰਦੇ ਨੇ ਜਦੋਂ ਸਰਕਾਰ ਬਣਦੀ ਹੈ ਉਹ ਇਸ ਤਰ੍ਹਾਂ ਦੀਆਂ ਕਰਦੇ ਹੁੰਦੇ ਨੇ, ਆਪਣੀਆਂ ਜਿਹੜੀਆਂ ਚਾਲਾਂ ਚੱਲਦੇ ਨੇ, ਉਹ ਜੱਜ ਸਾਹਿਬ ਨੇ ਉਹਨਾਂ ਦੀ ਰਿਕੁਐਸਟ ਜਿਹੜੀ ਡਿਕਲਾਈਨ ਕਰਕੇ ਜੁਡੀਸ਼ਲ ਰਿਮਾਂਡ ਦਾ ਆਰਡਰ ਕਰਤਾ ਅਤੇ ਬੇਲ ਦਾ ਆਰਡਰ ਜਿਹੜਾ ਹੈਗਾ ਕੱਲ੍ਹ 'ਤੇ ਰੱਖ ਲਿਆ। ਕਿਵੇਂ ਇਨਵੋਲਵਮੈਂਟ ਸ਼ਾਮਲ ਕੀਤੀ ਹੈ ਉਹਦੇ 'ਤੇ? ਕੁਛ ਨਹੀਂ ਜੀ, ਉਹ ਤਾਂ ਪੁਲਿਸ ਦੱਸ ਸਕਦੀ ਹੈ ਵੀ ਕੀ ਕਹਿੰਦੇ ਨੇ, ਵੀ ਇਹਨਾਂ ਦੀ ਸ਼ਹਿ 'ਤੇ ਹੋਇਆ ਸੀ, ਕੋਈ ਉਹਨਾਂ ਕੋਲ ਐਵੀਡੈਂਸ ਨਹੀਂ, ਕੋਈ ਕਾਲ ਰਿਕਾਰਡਿੰਗ ਨਹੀਂ, ਕੋਈ ਫੋਨ ਰਿਕਾਰਡਿੰਗ ਨਹੀਂ, ਕੋਈ ਵੀਡੀਓ ਨਹੀਂ, ਮੁਲਾਜ਼ਮਾਂ ਨਾਲ ਧੱਕਾ ਮੁੱਕੀ ਕੀਤੀ, ਕੋਈ ਮੁਲਾਜ਼ਮਾਂ ਨਾਲ ਧੱਕਾ ਮੁੱਕੀ ਨਹੀਂ ਕੀਤੀ। ਜਿਹੜੀ ਉਹਨਾਂ ਦੀ ਰਿਟਨ ਆ ਜਿਹੜਾ ਉਹਨਾਂ ਨੇ ਅੰਦਰ ਰਿਮਾਂਡ ਦਿੱਤਾ ਲਿਖ ਕੇ ਦਿੱਤਾ, ਉਹਦੇ 'ਚ ਵੀ ਇਹ ਲਿਖਿਆ ਵੀ ਇਹ ਕਿਤੇ ਮੌਕੇ 'ਤੇ ਸ਼ਾਮਲ ਨਹੀਂ ਸੀ ਕਰਨ ਸਿੰਘ, ਇਹਨੇ ਸਿਰਫ ਸ਼ਹਿ ਦੇ ਕੇ ਬੰਦੇ ਭੇਜੇ ਤੇ। ਜਿਹੜਾ ਸ਼ਹਿ ਦੇਣ ਦਾ ਕੋਈ ਪ੍ਰੂਫ ਹੈ ਉਹ ਕੋਈ ਵੀ ਜਿਹੜੀ ਹੈਗੀ ਹੈ ਜੁਡੀਸ਼ੀਅਲ ਫਾਈਲ ਹੈ ਉਹਦੇ ਵਿੱਚ ਕੋਈ ਕਾਲ ਰਿਕਾਰਡਿੰਗ ਨਹੀਂ ਹੈਗੀ, ਕੋਈ ਫੋਨ ਨਹੀਂ ਹੈਗਾ, ਕੋਈ ਵੀਡੀਓ ਨਹੀਂ ਹੈਗੀ, ਕੋਈ ਡਾਕੂਮੈਂਟ ਨਹੀਂ, ਕਿਸੇ ਜਿਹੜੇ 7 ਦੋਸ਼ੀ ਪਹਿਲਾਂ ਫੜੇ ਸੀ ਕਿਸੇ ਦੇ ਬਿਆਨ 'ਚ ਨਹੀਂ ਹੈਗਾ ਵੀ ਸਾਨੂੰ ਜਿਹੜਾ ਹੈਗਾ ਕਰਨ ਜੀ ਨੇ ਉੱਥੇ ਭੇਜਿਆ ਸੀ। ਇਹ ਤਾਂ ਸਿਰਫ ਕੱਲ੍ਹ ਦਾ ਬਿਆਨ ਹੈ, ਕੱਲ੍ਹ ਨੂੰ ਪਤਾ ਨਹੀਂ ਪੁਲਿਸ ਕਿੱਥੋਂ ਸੁੱਤੀ ਪਈ ਵੀ ਉੱਠ ਗਈ ਵੀ ਸਾਨੂੰ ਅੱਜ ਸੁਪਨ ਆਇਆ, ਕਹਿੰਦੇ ਵੀ ਇਹ 'ਚ ਕਰਨ ਸਿੰਘ ਨੇ ਭੇਜੇ ਤੇ 1 ਮਹੀਨੇ ਤੋਂ ਬਾਅਦ ਕੱਲ੍ਹ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।